अस्सलामुअलैकुम। एक बंदा सी उस मझा रखियां सी, मझा नाल उस एक चूहा भी पालिया सी। चूहे कोलू कोई काम नहीं सी लैना। एक दिन मझा खोल के बाहर खेतों च लै गया चगान, उसकी एक काम याद आ गया। उस आख्या भाई हूँ मैं तो लगा जाना तो मझा किसने हवाला करा। उसने जहन में आया कि क्यों ना मैं चूहे की पालिया तो आज चूहे कोलू कम लिया जाए। चूहे की उस बुलाया, उस आख्या भाई गल है इस तरह, मैं कम याद आ गया, तू मझा ना ख्याल रखना है, आज तेनू पहला काम आखे और इसकी तू सही सर अंजाम देना है। तू मझा की खेतों में नहीं पैन देना, तू मझा ना ख्याल रखना। चू एग्री हो गया, कहना तू बेफिक्र हो गया जा, मैं जाना तो मझा जाना। नाल खेत भी सी, वो जिस टाइम चला गया, जिला वापस जिस टाइम वापस आया ना, उस देखिया कि जितनी फसल सी ना अगे पिछे सब खराब हुई। वो बड़ा परेशान होया, मैं पहला काम उसकी आखिया था वह भी चंगा किया, तोड़ चाड़िया लिहाज उस चूहे की बुलाया। उस आखिया भी मैं तेनों पहला काम आखिया तू चंगा ख्याल रखे। नाल एक दरख्त सी, एक गल सुन के चूहा ना दरख्त पर चढ़ गया। जिले उपर चढ़िया फिर थले टलिया, जल थले टलिया तो आना मैं गल सुन, मैं तू चंगा ही काम आखिया सी भी इन्हें मजा कि तू फसल भी जना पैंट दे आया तो नगाह मचाया उत तू चंगा काम किया मेरा। जो गल खत्म हुई चूहा फिर जनाब उपर चढ़ गया दरख्त ने फिर थले टल। जल फिर त्री बारी आया फिर उस गल आखी, उस आखिया भी है तमाशा कद नहीं तकिया, मैं तो काम आखिया सी तू चंगा मजे ना ख्याल रखे। चूहा जी जना फिर अपर फिर थले, जल्द फिर उस एक बार आखिया चूहा जो गल सुन के फिर अपर फिर थले। जल आखिरी दफा उस पुछया भाई तू चंगा मजे ना ख्याल रखे आया तो सारा गाह पाए है। चूहा पता गल है आना चलिया लोका छोड़ मजा की तो छोड़ गाह की, तू जस्ट जस्ट मेरिया अमनिया जानिया देख मैं अपर जाना की अमना की। वो साहब है अज जस तकना है कि मेरिया अमनिया जानिया जाने जहाजे भी जागे अमने की वा ये भी तकने मेरिया अमनिया जानिया देख लिया। बगदाद शहर के टुकड़े मंसा करसा मीरा मीरा हो। अच्छा जी हूँ अस अपनी स्टॉप पर जा रहे हैं, गड्डी ऑर्डर कर दी थी, वेट कर रही है उस टाइम असी इंशाल्लाह 30 मिनट ड्राइवर पर पहुँच के फिर दसवें कि असं शहर आए क्यों के रीजन ही शहर आने।
ਉਹ ਆਜੋ ਆਜੋ ਪਿੱਛੇ ਜਗ੍ਹਾ ਹੈ। ਮੇਰੀ ਦੋਨੋਂ ਸਾਈਡਾਂ ਤੇ ਗੱਡੀਆਂ ਤੁਸੀਂ ਦੇਖ ਰਹੇ ਹੋ, ਬਿਲਕੁਲ ਇਹ ਬੜੀ ਵੱਡੀ ਮੰਡੀ ਹੈ ਜਨਾਬ। ਅਸੀਂ ਮੰਡੀ ਦਾ ਆਏ ਹਾਂ, ਫਿਰ ਸਮਝ ਲਵੋ ਚੀਚਾ ਵਤਨੀ ਮੰਡੀ ਦੱਸਣੀ, ਪੰਜਾਹ ਵਾਲੀ ਛੋੜ ਕੇ ਚੀਚਾ ਵਤਨ ਵਾਲੀ ਤਾਂ ਆਏ ਹਾਂ। ਇੱਥੇ ਛੋਟੀਆਂ ਗੱਡੀਆਂ ਤੋਂ ਲੈ ਕੇ ਬੜੀਆਂ ਗੱਡੀਆਂ ਤੱਕ ਸਭ ਅਵੇਲੇਬਲ ਹਨ। ਅੱਜ ਅਸੀਂ ਇੱਥੋਂ ਮਾਸ਼ਾਅੱਲਾ ਇੱਕ ਟਰੱਕ ਨਵਾਂ ਪਿੱਕ ਕਰਨ ਆਏ ਹਾਂ, ਤੁਹਾਨੂੰ ਵੀ ਦੱਸਣੇ ਆ ਟਰੱਕ ਕਿਹੜਾ ਲਿਆ। ਚੀਚਾ ਵਤਨੀ ਮੰਡੀ ਔਰ ਇਸ ਮੰਡੀ ਵਿੱਚ ਇੱਕ ਫਰਕ ਹੈ। ਉਹ ਫਰਕ ਇਹ ਹੈ ਕਿ ਅਸਾਂ ਟਰੱਕ ਔਨਲਾਈਨ ਪਸੰਦ ਕੀਤਾ 2020 ਨਾਲ, ਟਰੱਕ ਔਨਲਾਈਨ ਇਸਨੀ ਪੇਮੈਂਟ ਹੋਈ ਹੈ, ਔਨਲਾਈਨ ਇਸਨੀ ਸਭ ਪਿਕਚਰਾਂ ਦੇਖੀਆਂ, ਸਭ ਕੁਝ ਉਸ ਬੰਦੇ ਨਾਲ ਗੱਲਬਾਤ ਹੋਈ ਹੈ। ਔਰ ਉਸ ਬੰਦੇ ਜਸਟ ਅਸੀਂ ਟਰੱਕ ਪਿੱਕ ਕਰਨ ਆਏ ਅੱਜ, ਲੇਕਿਨ ਇਸ ਪੇਪਰਾਂ ਨੇ ਸਿਰਾ ਦਾ ਪਾਕਿਸਤਾਨ ਵਾਲਾ ਹਿਸਾਬ ਨਹੀਂ ਕਿ ਅਸੀਂ ਮੰਡੀ ਤੱਕ ਗਏ ਹਾਂ, ਖੱਜਲ ਖਰਾਬ ਯੇ ਵੋ, ਇੱਥੋਂ ਚੀਜ਼ ਕੋਈ ਨਹੀਂ। ਸਾਰੀ ਮੰਡੀ ਤੁਸੀਂ ਦੇਖ ਲਓ, ਕੋਈ ਬੰਦਾ ਨਹੀਂ ਨਜ਼ਰ ਆ ਰਿਹਾ, ਸਭ ਔਨਲਾਈਨ ਸਿਸਟਮ। ਔਰ ਮੈਂ ਚਾਹੁੰਦਾ ਕਿ ਕਾਸ਼ ਪਾਕਿਸਤਾਨ ਇਸ ਤਰ੍ਹਾਂ ਹੋ ਜਾਏ ਕਿ ਸਭ ਚੀਜ਼ਾਂ ਔਨਲਾਈਨ ਹੋ ਜਾਣ। ਇਨਸ਼ਾਅੱਲਾ ਇੱਕ ਦਿਨ ਆਵੇਗਾ, ਆਸਤਾ ਆਸਤਾ ਉਸ ਟਰੈਕ 'ਤੇ ਮੁਲਕ ਜਾ ਰਹੇ ਹੈ, ਸਹੂਲਤ ਹੋ ਜਾਏ ਨਾ। ਮੈਂ ਯਾਦ ਆ ਮੰਡੀ 'ਤੇ ਜੇ ਜਾਓ ਜਾਂ ਕਿਤੇ ਜਾਓ ਤਾਂ ਰਾਤੀ ਬੁਖਾਰ ਚੜ੍ਹ ਜਾਣਾ ਕਿ ਸਵੇਰ ਮੰਡੀ ਸੋਚੋ ਸਵੇਰ ਮੰਡੀ 'ਤੇ ਜਾਣਾ। ਵੈਸਾ ਕਿ ਦੇਖ ਰਹੇ ਮੇਰੇ ਪਿੱਛੇ ਟਰੱਕ ਨਜ਼ਰ ਆ ਰਹੇ ਨੇ, ਇਹਨਾਂ 'ਚੋਂ ਸਾਡਾ ਟਰੱਕ ਹੈ, ਗੈਸ ਕਰੋ ਉਹ ਕਿਹੜਾ ਹੋਵੇਗਾ ਜੀ। ਹਾਂ ਹੈ, ਮੇਰੇ ਥੱਲੇ ਲੈ ਲਵੀ ਹੈ, ਠੀਕ ਹੈ। ਕਿਹੇ ਵਾਲੇ ਕਲਰ ਵੀ ਅੱਛਾ, ਔਰ ਦੇਖੀਏ ਕਿ ਇਹਦਾ 2020 ਕੈਨਵਸ, ਆਈ ਥਿੰਕ ਇਹ ਠੀਕ ਹੈ ਟਰੱਕ। ਹੁਣ ਇੱਥੇ ਬੰਦਾ ਵੀ ਕੋਈ ਨਹੀਂ, ਬਸ ਤੂੰ ਮਾਰਨਾ ਚੱਲ ਤਾਂ ਕੱਢ ਕਰਨਾ। ਹਾਲਾਂਕਿ ਦੇਖੋ ਚਾਬੀ ਲੱਗੀ ਹੈ, ਲਾਕ ਵੀ ਲੱਗੇ ਹੈ। ਉਹ ਟਰੱਕ ਡਰਾਈਵਰ ਨੂੰ ਹਮੇਸ਼ਾ ਨਿਸ਼ਾਨੀ, ਚਾਹੇ ਟਰੱਕ ਚਲਾਉਣਾ, ਟਰੈਕਟਰ ਚਲਾਉਣਾ ਜਾਂ ਕੋਈ ਗੱਡੀ ਵੀ ਚਲਾਉਣਾ, ਪਹਿਲਾਂ ਸੂਲ ਸੁਣਾਏਗਾ, ਪਹਿਲਾਂ ਇਸ ਨੂੰ ਆਇਲ ਚੈੱਕ ਕੀਤਾ ਖੋਲ ਕੇ। ਇਸ ਸਾਈਡ ਤੋਂ ਖੋਲਣਾ ਕੁਮਨਸ X15 ਐਨੀਵਰਸਰੀ ਐਡੀਸ਼ਨ, 100 ਸਾਲ ਹੋ ਗਏ ਇਸ ਕੰਪਨੀ ਦੀ ਇੰਜਨ ਬਣਾਏ। ਅੱਛਾ, ਕਿਸੇ ਨੇ ਬੰਦੇ ਪੁੱਛਿਆ ਵੀ ਟਰੱਕ ਕਿਸ ਚਲਾਉਣਾ ਹੈ, ਟਰੱਕ ਕਿਸ ਚਲਾਉਣਾ। ਉਸ ਆਖਿਆ ਜੀ ਮੈਂ ਤੇ ਮੇਰਾ ਭਰਾ ਉਸ ਚਲਾਉਣਾ। ਉਸ ਆਖਿਆ ਨਹੀਂ ਚੱਲਿਆ, ਟਰੱਕ ਚਲਾਉਣਾ ਮੋਟਰ ਨੇ। ਮੋਟਰ ਕਿਹੜੀ ਪਈ ਹੈ ਇਹਦੇ ਵਿੱਚ? ਮੋਟਰ ਹੈ ਘੁੰਮਣ ਨਹੀਂ, ਇਹ ਟਰੱਕ ਜਿਹੜਾ ਇਹ ਕੈਨਵਰਥਨ ਹੈ। ਇਹ ਯਾਦ ਰੱਖੋ, ਅਕਸਰ ਬੰਦੇ ਸਮਝਦੇ ਨੇ ਕਿ ਕੈਨਵਰਥ ਹੀ ਸਭ ਕੁਝ ਹੈ, ਲੇਕਿਨ ਨਹੀਂ, ਕੈਨਵਰਥ ਆਊਟਸਾਈਡ ਹੈ, KW ਜਿੱਥੇ ਲਿਖੇ ਹੈ ਕੈਨਵਰਥ। ਅੰਦਰ ਮੋਟਰ ਕਿਹੜੀ ਹੈ? ਮੋਟਰ ਕੋਈ ਵੀ ਅੰਦਰ ਹੋ ਸਕਦੀ ਹੈ, ਡੀਟਰੋ ਨਹੀਂ ਹੋ ਸਕਦੀ ਹੈ, ਵਾਲਵੋ ਨਹੀਂ ਹੋ ਸਕਦੀ ਹੈ, ਲੇਕਿਨ ਟਰੱਕ ਚਲਾਉਣਾ ਮੋਟਰ ਨੇ। ਔਰ ਕੋਈ ਵੀ ਗੱਡੀ ਹੈ, ਕੋਈ ਵੀ ਟਰੱਕ ਹੈ, ਕਾਰ ਹੈ, ਕੋਈ ਮੋਟਰਸਾਈਕਲ ਵੀ ਹੈ, ਗੱਡੀ ਚੱਲਣੀ ਹੈ ਇੰਜਨ ਇਸੇ ਰਹਿ ਦੇ। ਕਾਫੀ ਅੱਛੇ ਪਿਆਰੇ ਫੰਕਸ਼ਨ ਹਨ, ਮੈਂ ਸੋਚਿਆ ਜਿਹੜਾ ਤੁਸੀਂ ਸ਼ੇਅਰ ਕਰਨਾ ਕਿ ਐਮਰਜੈਂਸੀ ਬ੍ਰੇਕ ਹੈ, ਅਗਰ ਅਗਲੀ ਗਾੜੀ ਸਲੋ ਹੋ ਜਾਏ ਤਾਂ ਇਹ ਵੀ ਆਟੋਮੈਟਿਕ ਅਲਾਰਮ ਦੇਗੀ, ਪਹਿਲੇ ਇੱਕ ਸਟੇਜ, ਦੂਸਰਾ ਸਟੇਜ,
तीसरे ते फिर रेड ब्लिंक करके बिल्कुल स्टॉप हो जाएगी। है देख रहे हो ये अजकल सारिया गड्डिया छोटिया स्पेशली डाल रहे, लेकिन ट्रकिंग इंडस्ट्री में माशाल्लाह नवी चीज है। ये सिर्फ इन नवे ट्रकों में ऐड कर रहे हैं जो 2016-17 तो ऊपर ट्रक आ रहे हैं नवे। और इस तो एक और बड़ी अच्छी गल है 2020 में इन्हें बहुत अच्छी चीज डाली है कि जड़िया दो लाइन देख रहे हो ना, ये ट्रक लाइन तो बहर हो जाएगा ना बजर साउंड देगा ग्र ग्र करेगा। भाई तुसी गौर करो कि लाइन तो बहर हो गए हो, गौर और फिक्र करो कि लाइन तो बहर हो गए हो। उसके बाद ऊपर जी लाइट देख रहे हो पुलिस लाइट ब्लिंक कर रही है, ये बहुत अच्छी चीज इन्हें इसमें डाली है। अगर तुसी स्पीड तो ज्यादा हो, स्पीड लिमिट था कि 65, ये बार रोड नहीं स्पीड कैच कर लेने, और अगर तुसानी स्पीड इस तो ज्यादा है ये ब्लिंक कर ला पाएगी पुलिस लाइट। ये बहुत अच्छा फंक्शन इन्हें रखे है कि किसी टाइम बंदा स्पीड से नहीं ध्यान मार, देख रहे ब्लिंक कर रही है, किसी टाइम नहीं ध्यान बार पैना स्पीड से, लिहाजा उसने डैशबोर्ड से ध्यान पैना चाहिए ना ड्राइवर का, वो देख के इस तू वो तैयार हो जाए कि स्पीड ज्यादा नहीं मैं थोड़ी स्लो कर लवा। काफी इस अच्छे अच्छे फंक्शन जो जो मैनू भी पता चलना है मैं तो सारा भी शेयर कराँगा।